ਹਾਜਰਾਂ ਦੋਸਤੋ ਮੈਂ ਤੇਸਰਜ ਕਾਲੀ ਔਰ ਪ੍ਰੋਗਰਾਮ ਹੈ ਬੋਲ ਜ਼ੁਬਾਨ ਅਬ ਤੇਰੀ ਹੈ ਮਸਲੇ ਬਹੁਤ ਹਨ ਪੜਥੂ ਪਏ ਹੋਏ ਨੇ ਪਰ ਆਪਾਂ ਦੋ ਕ ਨੁਕਤੇ ਵਿਚਾਰਾਂਗੇ ਪੋਲਿਟੀਕਲ ਪਾਰਟੀਆਂ ਦੇ ਤੇ ਪੰਜਾਬੀ ਸਮਾਜ ਦੇ ਪੰਜਾਬੀ ਚ ਇੱਕ ਅਖਾਣ ਹੈ ਜੱਟ ਮਚਲਾ ਤੇ ਖੁਦਾ ਨੂੰ ਲੈ ਗਏ ਚੋਰ ਨਹੀਂ ਤੁਸੀਂ ਗਲਤ ਸੋਚ ਰਹੇ ਐ ਮੈਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਬਾਰੇ ਨਹੀਂ ਕਹੀ ਇਹ ਗੱਲ ਬਿਲਕੁਲ ਨਹੀਂ ਮੈਂ ਤਾਂ ਰਾਂਝੇ ਬਾਰੇ ਕਹੀ ଥିਤੀ ਦੋ ਰਾਂਝਾ ਤੁਸੀਂ ਸੁਣਿਆ ਹੋਣਾ ਹੀਰ ਸਲੇਟੀ ਧੀ ਦੋ ਰਾਂਝਾ ਜਿਹੜਾ ਨਾ ਇਹ ਉਹਦੇ ਬਾਰੇ ਐ ਮੁਹਾਵਰਾ ਕਿੱਥੋਂ ਪੈਦਾ ਹੋਇਆ ਮੈਂ ਤੁਹਾਡੇ ਨਾਲ ਉਹ ਸਾਂਝੀ ਕਰਨ ਲੱਗਾ ਗੱਲ ਜੱਟ ਮਚਲਾ ਤੇ ਖੁਦਾ ਨੂੰ ਲੈ ਗਏ ਚੋਰ ਰਾਂਝਾ ਗੋਰਖ ਦੇ ਢਿੱਲੇ ਤੇ ਗਿਆ 나ਥ ਨੂੰ ਬੇਨਤੀ ਕਰਦਾ ਮੈਨੂੰ ਯੋਗ ਧਾਰਨ ਕਰ ਲੈਣ ਦੇ ਮੈਨੂੰ ਯੋਗ ਧਾਰਨ ਕਰਵਾ ਮੈਂ ਜੋਗੀ ਬਣਨਾ ਹੈ ਟਾਲੀ ਜਾ ਰਿਹਾ ਹੈ नाथ ਯਾਰ ਇੰਨਾ ਸੌਖਾ ਨਹੀਂ ਆ ਇਹ ਤਾਂ ਤਿਆਗਣਾ ਪੈਂਦਾ ਇਹ ਤਾਂ ਮੋਹ ਮਾਇਆ ਤਿਆਗਣੀ ਪੈਂਦੀ ਹੈ ਇਹ ਤਾਂ ਫਾਕੇ ਕੱਟਣੇ ਪੈਂਦੇ ਤਾਂ ਚਿਲੇ ਕੱਟਣੇ ਪੈਂਦੇ ਆ ਯੋਗ ਇੰਨਾ ਸੌਖਾ ਨਹੀਂ ਟਾਲ ਰਿਹਾ ਐਨੀ ਦੇਰ ਨੂੰ ਇੱਕ ਚੇਲਾ ਆ ਗਿਆ ਹੈ ਗੜਵੀ ਹੱਥ ਚ ਐ ਪਾਣੀ ਦੀ ਭਰੀ ਹੋਈ ਆ ਕਹਿੰਦਾ ਗੁਰੂ ਜੀ ਇਹ ਇਸ਼ਨਾਨ ਕਰ ਲਓ ਰਾਜਾ ਕਹਿੰਦਾ ਯਾਰ ਕੋਲ ਦਰਿਆ ਵਗਦਾ ਤੂੰ ਗੜਵੀ ਲੈ ਕੇ ਆ ਗਿਆ ਗੁਰੂ ਆ ਕ ਬਟੇਰਾ ਗੋਰਖ ਨੂੰ ਕਹਿੰਦਾ ਚਲੋ ਗੁਰੂ ਜੀ ਮੈਂ ਇਸ਼ਨਾਨ ਕਰਾਉਣਾ ਚਾਕੇ ਮੋਢੇ ਤੇ ਬਿਠਾ ਲਿਆ ਤੇ ਪਾਣੀ ਚ ਲੈ ਕੇ ਵੜ ਗਿਆ ਦਰਿਆ ਦੇ ਡੂੰਘੇ ਪਾਣੀ ਚ ਜਦੋਂ ਲੈ ਗਿਆ ਕਹਿੰਦਾ ਗੁਰੂ ਜੀ ਦੱਸੋ ਜੋਗ ਦੇਣਾ ਕਿ ਸਵਰਗਵਾਸ ਹੋਣਾ ਐ ਤੋ ਬਣਿਆ ਮੁਹਾਵਰਾ ਜੱਟ ਮਚਲਾ ਤੇ ਖੁਦਾ ਨੂੰ ਲੈ ਗਏ ਚੋਰ ਛੋਟੀ ਜੀ ਕਥਾ ਅੱਗੇ ਹੈ ਇਹ ਜਿਹੜੀ ਫੇਰ ਐਦੀ ਫਿਲਾਸੋਫੀਕਲ ਗਹਿਰਾਈ ਦੱਸਦੀ ਆ ਮੈਂ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਲੈਣਾ ਗੋਰਖ ਫੇਰ ਕਹਿੰਦਾ ਕਹਿੰਦਾ ਯਾਰ ਇਹ ਤਾਂ ਬਹੁਤ ਮੁਸ਼ਕਲ ਹੈ ਚੱਲ ਫੇਰ ਐਂ ਕਰ ਬਾਹਰ ਚੱਲਦੇ ਆ ਉੱਥੇ ਮੁੰਦਰਾ ਪਈਆਂ ਮੈਂ ਤੇਰੇ ਕੰਨ ਪਾੜ ਦਿੰਦਾ ਜੋਗ ਦੇ ਦੇਣਾ ਤੈਨੂੰ ਉਹ ਕਹਿੰਦਾ ਨਹੀਂ 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 ਤੂੰ ਫੇਰ ਮੁੱਕਰ ਜਾਣਾ ਆਪਣੀਆਂ ਮੁੰਦਰਾ ਲਾ ਤੇ ਇਹਨਾਂ ਨਾਲ ਮੇਰੇ ਕੰਨ ਪਾੜ ਫਸ ਗਿਆ ਆਪਣੀਆਂ ਮੁੰਦਰਾ ਲਾਈਆਂ ਕੰਨ ਪਾੜੇ ਐ ਕਨਪਟੇ ਜੋਗੀ ਇਹਨਾਂ ਨੂੰ ਤਾਂ ਕਹਿੰਦੇ ਸੀ ਨਾਲ ਹਦਾਇਤ ਦੇਣ ਲੱਪਿਆ ਕੀ ਬਗਾਨੀ ਧੀ ਪੈਣ ਨੂੰ ਧੀ ਪੈਣ ਸਮਝਣਾ ਆ ਕਾਮ ਤੋਂ ਬਚਣਾ ਆ ਜਿਆਦਾ ਖਾਣਾ ਨਹੀਂ ਭਿਕਸ਼ਾ ਇੰਨੀ ਕੁ ਲੈਣੀ ਆ ਜਿੰਨੀ ਕੁ ਗ੍ਰਹਿਣ ਕਰਨੀ ਆ ਆ ਚਿਲੇ ਕੱਟਣੇ ਆ ਆ ਤਪ ਕਰਨਾ ਆ ਉਹ ਕਹਿੰਦਾ ਰਾਂਜਾ ਕਹਿੰਦਾ ਭਰਾਵਾ ਮੈਨੂੰ ਸਿਰਫ ਤੂੰ ਇੱਕ ਵਾਰ ਦੇ ਕਿ ਰਾਂਜਾ ਤੈਨੂੰ ਹੀਰ ਦਿੱਤੀ ਆ ਬਾਕੀ ਕੰਮ ਮੇਰੇ ਲਈ ਨਹੀਂ ਹੈਗੇ ਮੈਂ ਤਾਂ ਤੇਤੋਂ ਵਾਰ ਮੰਗਣ ਆਇਆ ਫਿਰ ਗੁਰਖ ਹੈ ਨਾ ਉਹ ਕਹਿੰਦਾ ਜਾ ਫਿਰ ਕੱਲੀ ਹੀਰ ਹੀ ਨਹੀਂ ਤੈਨੂੰ ਪੰਜ ਪੀਰ ਵੀ ਦਿੱਤੇ ਔਰੇ ਕਥਾ ਚ ਹੈ ਕਿ ਉਹ ਪੰਜ ਪੀਰ ਫਿਰ ਕਿਵੇਂ ਰਾਂਜੇ ਦੀ ਸਹਾਇਤਾ ਕਰਦੇ ਨੇ ਪਰ ਤੁਸੀਂ ਹੁਣ ਇਸ ਅਖਾਣ ਨੂੰ ਬਾਦਲ ਹੋਣਾ ਨਾ ਜੋੜ ਲਿਆ ਤੇ ਮੇਰੇ ਲਈ ਫੇਰ ਸੰਕਟ ਹੋ ਜਾਂਦਾ ਯਾਰ ਜੇ ਮੈਨੂੰ ਸੁਣਨ ਵਾਲਿਆਂ ਨੇ ਮੈਂ ਬਾਰ-ਬਾਰ ਕਹਿਣਾ ਹੁੰਦਾ ਸਹਿਮਤੀਆਂ ਅਸਹਿਮਤੀਆਂ ਤੇ ਜੇ ਮੈਂ ਤੁਹਾਡੇ ਨਾਲ ਸਹਿਮਤੀ ਨਾ ਪ੍ਰਗਟ ਕੀਤੀ ਕਿਉਂਕਿ ਇਹ ਆਵਾਮ ਦੀ ਆਵਾਜ਼ ਇਦਾਂ ਦੀ ਆਈ ਉਧਰੋਂ ਫੇਰ ਓਖਾ ਵੀ ਹੋ ਜਾਣਾ ਉਹਦੇ ਸਬੂਤ ਲਈ ਥਿਸ ਇ ਬਰੀ ਇੰਟਰਸਟਿੰਗ ਮੈਂ ਤੁਹਾਨੂੰ ਨਾ ਉਹਨਾਂ ਨੂੰ ਜਿਹੜੇ ਮੁੱਖ ਸਵਾਲ ਕੀਤੇ ਗਏ ਅਡੇਲੀ ਦੈਨਿਕ ਭਾਸਕਰ ਦੇ ਵਿੱਚ ਉਹਨਾਂ ਨੇ ਉਹ 4-5 ਸਵਾਲ ਦਿੱਤੇ ਤੇ ਬਾਦਲ ਸਾਹਿਬ ਦੇ ਜਵਾਬ ਦਿੱਤੇ ਬਿਆਦਵੀ ਮਾਮਲੇ ਨੂੰ ਲੈ ਕੇ ਮੈਂ ਉਹ ਸਵਾਲ ਜਵਾਬ ਤੁਹਾਨੂੰ ਉੱਥੋਂ ਪੜ੍ਹ ਦਿੰਨਾ ਫਿਰ ਆਪਾਂ ਉਹਦੇ ਤੇ ਟਿੱਪਣੀ ਕਰਾਂਗੇ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਵੀ ਖੁਦਾ ਨੂੰ ਚੋਰ ਕਿਵੇਂ ਲੈ ਜਾਂਦੇ ਆ ਮੈਂ ਹਿੰਦੀ 'ਚ ਪੜ੍ਹ ਦਿੰਨਾ ਮੈਨੂੰ ਲੱਗਦਾ ਪੰਜਾਬੀ ਵਾਲਿਆਂ ਲਈ ਕੋਈ ਔਖਾ ਕੰਮ ਨਹੀਂ ਆ ਹਿੰਦੀ ਸਮਝਣਾ ਸਵਾਲ ਕੀਤਾ ਸੱਟ ਨੇ जब बेअदबी गोली कांड हुआ तब सबसे पहले आपको किस अधिकारी ने फोन कर जानकारी दी थी तरतालीस तो सवाल ने बच्चों पांच प्रमुख बादल साहब का जवाब है 2015 की बात है कई साल बीत चुके हैं मुझे याद नहीं उस वक्त मुझे सबसे पहले किस अधिकारी ने फोन कर सूचना दी थी याद नहीं है सवाल है क्या आपको डी जी पी सुमेध सैनी का फोन आया था जहां आई जी उम्रानंगल का जवाब है उस वक्त मेरे पास होम डिपार्टमेंट नहीं था यह जरूर है कि उस वक्त सुमेध सैनी डीजीपी थे लेकिन मैं यह नहीं बता सकता मुझे उस वक्त किसका फोन आया था सवाल है बेदबी की जांच के दौरान बहुत इंपॉर्टेंट सवाल क्या डेरा सच्चा सौदा का नाम सामने आने की जानकारी आपको थी हंडे हुए ने बादल साहब का जवाब मामले की जिम्मेदारी वरिष्ठ अधिकारियों को दी गई थी वे ही इस बारे में बता सकते हैं मुझे इसके बारे में पता नहीं है कि उस वक्त डेरा सच्चा सौदा का नाम आया था कि नहीं हमने तो केवल ठोस जांच के निर्देश दिए थे समझे नुकता सवाल है आपने किन अफसरों को निर्देश दिए थे केंद्र जी जैसे मैंने पहले कहा है कि मामला पुराना है अभी मुझे उन अफसरों के नाम याद नहीं है सवाल है और बहुत इंपॉर्टेंट है साड़ी गल बहुत इम्पोर्टेंट है हमें उम्मीद है कि आप एस आई टी का पूरा सहयोग करेंगे बादल साहब का जवाब है मैं पांच बार मुख्यमंत्री रहा हूं मैं अपनी जिम्मेदारी अच्छे से समझता हूं मैंने पहले भी एस आई टी के सवालों का जवाब दिया है अब भी दे रहा हूं किसी प्रकार का इनकार नहीं है ਜਿੰਨਾ ਮੈਨੂੰ ਪਤਾ ਹੈ ਮੈਂ ਬਤਾ ਰਹਾ ਹਾਂ ਇਹਨਾਂ ਪੰਜੇ ਸਵਾਲਾਂਾਂ 'ਚ ਉਹਨਾਂ ਨੂੰ ਤਾਂ ਕੁਝ ਪਤਾ ਹੀ ਨਹੀਂ ਉਹਨਾਂ ਨੂੰ ਤਾਂ ਕੋਈ ਯਾਦ ਹੀ ਨਹੀਂ ਉਹਨਾਂ ਕੋਲ ਤਾਂ ਹੋਮ ਡਿਪਾਰਟਮੈਂਟ ਹੀ ਨਹੀਂ ਉਹ ਤਾਂ ਸਿੱਧੇ ਬਰੀ ਨੇ ਉਹਨਾਂ ਨੂੰ ਨਾ ਅਫਸਰਾਂ ਦੇ ਨਾਂ ਪਤਾ ਹੈ ਡੀਜੀਪੀ ਨੇ ਫੋਨ ਕੀਤਾ ਕਿ ਨਹੀਂ ਕੀਤਾ ਕਰਨਾ ਹੁੰਦਾ ਕਿ ਨਹੀਂ ਕਰਨਾ ਹੁੰਦਾ ਇਹੋ ਜਿਹੇ ਮਾਮਲਿਆਂ ਦੇ ਵਿੱਚ ਉਹਨਾਂ ਨੂੰ ਉਹ ਵੀ ਯਾਦ ਨਹੀਂ ਹਾਂ ਉਹ ਕਹਿੰਦੇ ਜੋ ਮੈਨੂੰ ਪਤਾ ਹੈ ਉਹ ਮੈਂ ਦੱਸੀ ਜਾਣਾ ਤੇ ਪਤਾ ਕੁਝ ਵੀ ਨਹੀਂ ਇਹਨੂੰ ਮਛਲੇ ਹੋਣਾ ਹੀ ਕਹਿੰਦੇ ਆ ਹੁਣ ਮੈਂ ਹੋਰ ਦੱਸਦਾ ਫੇਰ ਡੀਜੀਪੀ ਨਹੀਂ ਯਾਦ ਅਫਸਰ ਨਹੀਂ ਯਾਦ ਉਮਰਾਨੰਗਲ ਨਹੀਂ ਯਾਦ ਸੱਚਾ ਸੌਦਾ ਦਾ ਨਾਮ ਆਉਂਦਾ ਨਹੀਂ ਆਉਂਦਾ ਨਹੀਂ ਯਾਦ ਪੁਰਾਣਾ ਹੋ ਗਿਆ ਪਰ ਡਾਇਰੈਕਟਰ ਪ੍ਰੋਸੀਕਿਊਸ਼ਨ ਵਿਜੇ ਸਿੰਘਲਾ ਹੋਰੀ ਜੇ ਸਵਾਲ ਕਰ ਲੈਂਦੇ ਨੇ ਤਾਂ ਟੁੱਟ ਕੇ ਪਏ ਤੂੰ ਕੌਣ ਹੈ ਬਈ ਸਿਟ ਦੇ ਮੈਂਬਰਾਂ ਤੋਂ ਇਲਾਵਾ ਕਿਸੇ ਨੂੰ ਅਧਿਕਾਰ ਨਹੀਂ ਉਹ ਡਾਂਡ ਦਿੱਤਾ ਜਾਂਦਾ ਮਾਨਯੋਗ ਬਾਦਲ ਸਾਹਿਬ ਬਲੋਂ ਹੁਣ ਸਿੰਗਲੇ ਤੁਹਾਨੂੰ ਪਤਾ ਹੈ ਇਹ ਸੈਟ ਮੈਂਬਰ ਨਹੀਂ ਹੈ ਇਹ ਡਾਇਰੈਕਟਰ ਪਾਸਿਕਿਊਸ਼ਨ ਹੈ ਇਹ ਸਵਾਲ ਨਹੀਂ ਕਰ ਸਕਦਾ ਇਹਨੂੰ ਹੱਕ ਨਹੀਂ ਇਹ ਜ਼ਿਆਦਾ ਬਾਕੀਆਂ ਲਈ ਤੁਸੀਂ ਬਜ਼ੁਰਗ ਹੋ ਗਏ ਪਰ ਸਿੰਗਲੇ ਨੇ ਸਵਾਲ ਨਹੀਂ ਕਰ ਸਕਣਾ ਇੱਥੇ ਤੁਸੀਂ ਅਲਰਟ ਹੋ ਉਤਵਾ ਸਿੰਗਲਾ ਹੋਰਾਂ ਨੇ ਕੋਈ ਸਵਾਲ ਨਹੀਂ ਕੀਤਾ ਸੈਟ ਨੇ 43 ਸਵਾਲ ਕੀਤੇ ਨੇ ਤੇ ਜਵਾਬ ਜਿਹੜੇ ਨੇ ਉਹ ਲਗਭਗ ਇਹੀ ਨੇ ਕਿਉਂਕਿ ਪ੍ਰਮੁੱਖ ਸਵਾਲਾਂ ਦੇ ਜਵਾਬ ਜੇ ਇਹ ਨੇ ਹਾਲਾਂਕਿ ਸੁਖਵੀਰ ਬਾਦਲ ਹੋਰਾਂ ਨੇ ਟਿੱਪਣੀ ਕੀਤੀ ਹੈ ਇਸ ਪੁੱਛਗਿਛ ਤੇ ਕਿ ਪੁੱਛਗਿਛ ਦੇ ਨਾਂ ਦੇ ਉੱਤੇ ਸਿਆਸਤ ਕਰ ਰਹੀ ਹੈ ਕਾਂਗਰਸ ਸਿਆਸਤ ਪੁੱਛਗਿਛ ਦੇ ਨਾਂ ਦੇ ਉੱਤੇ ਪਰ ਤੁਸੀਂ ਪਹਿਲਾਂ ਤਾਂ ਇੰਨੀ دیر ਲੱਗ ਜਾਂਦੀ ਐ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਸੁਰਜੀਤ ਪਾਤਰ ਹੋਰਾਂ ਦੇ ਲਾਈਨ ਐ ਇਹ ਬਿਰਖ ਹੋ ਗਏ ਇੰਨੇ ਇੰਨਾ ਟਾਈਮ ਲਾਤਾ ਕਿ ਸੀਐਮ ਸਾਹਿਬ ਸਾਡੇ ਬੁੱਢੇ ਹੋ ਗਏ ਤੇ ਉਹਨਾਂ ਨੂੰ ਕੁਝ ਵੀ ਯਾਦ ਨਹੀਂ ਕਿਹੜਾ ਨਿਆ ਇਹਦੇ ਤੋਂ ਨਿਆ ਉਹ ਕਹਿੰਦਾ ਮੈਂ 5 ਵਾਰ ਸਿਗਮ ਰਿਆ ਮੈਨੂੰ ਪਤਾ ਆ ਮਤਲਬ ਉਹਨਾਂ ਨੂੰ ਪਤਾ ਆ ਸਿੱਟਾਂ ਕਿੱਦਾਂ ਕਮਾਈਦੀਆਂ ਕਿਵੇਂ ਦੱਸਣਾ ਹੈ ਮੇਰੇ ਕੋਲ ਗ੍ਰਹਿ ਵਿਭਾਗ ਨਹੀਂ ਸੀ ਆਪਾਂ ਕਹਿੰਦਾ ਕਿਹੜੇ ਨਹਾ ਕਰਦੇ ਆ ਸਿੱਟ ਨੂੰ ਪਹਿਲਾਂ ਵੀ ਜਵਾਬ ਦਿੱਤੇ ਆ ਹੁਣ ਵੀ ਜਵਾਬ ਦੇਵਾਂਗੇ ਸਾਡੇ ਸਾਡੇ ਜਵਾਬ ਦੇਣਾ ਕੋਈ ਹੋਰ ਮਤਲਬ ਵੀ ਹੁੰਦਾ। ਫੇ ਉਹਨੇ ਤਾਂ ਜਵਾਬ ਦੇ ਦਿੱਤਾ। ਪਰ ਕੀ ਕਹੋਗੇ ਤੁਸੀਂ ਕੁਮਰ ਵਿਜੇ ਪ੍ਰਤਾਪ ਨੂੰ ਕੀ ਕਹੋਗੇ? ਉਹ ਟਰੋਲ ਹੋ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਤੋਏ ਤੋਏ ਹੋਈ ਪਈ ਐ। ਆਮ ਆਦਮੀ ਪਾਰਟੀ 'ਚ ਚਲੇ ਗਏ। ਰਾਜੇਵਾਲ ਉਹਨਾਂ ਨੂੰ ਪੋਲੀਟੀਕਲ ਪਾਰਟੀਆਂ ਪ੍ਰੇਰਿਤ ਕਰ ਰਹੀਆਂ ਨੇ ਵੈਸੇ ਉਹ ਬਜ਼ੁਰਗ ਸਿਆਣਾ ਕਿਸਾਨ ਆਗੂ ਮੈਨੂੰ ਲੱਗਦਾ ਉਹ ਇਸ ਕਜੀਏ ਚੋਂ ਬਾਤ ਹੀ ਜਾਣਗੇ ਕਿ ਜੋ ਕੁੰਮਰ ਵਿਜੇ ਪ੍ਰਤਾਪ ਹੋਰਾਂ ਦੀ ਭਲ ਸੀ ਔਰ ਜਿਵੇਂ ਉਹ ਉੱਡੀ ਮੇਰੇ ਦੋਸਤ ਵਿਨੇ ਹੋਰੀ ਪੱਤਰਕਾਰ ਨੇ ਉਹ ਬੜੀ ਵਧੀਆ ਉਹਨਾਂ ਨੇ ਗੱਲ ਕਹੀ ਕਹਿੰਦੇ ਜੇ ਤੁਸੀਂ ਤੁਹਾਨੂੰ ਆਪਣੇ ਦਾਦਿਆਂ ਪਰਦਾਦਿਆਂ ਦੇ ਨਾਂ ਥੇ ਪਤੇ ਭੁੱਲ ਗਏ ਆ ਨਾ ਤੇ ਤੁਸੀਂ ਚੋਣਾ 'ਚ ਖੜੇ ਹੋ ਜਾਓ ਲੋਕ ਦੱਸ ਦੇਣਗੇ ਉਹ ਸਾਧ ਹੁੰਦਾ ਸੀ ਕਿ ਚੋਰ ਹੁੰਦਾ ਸੀ ਕਿ ਕੀ ਕਰਦਾ ਸੀ ਕਦੋਂ ਦਾਦੀ ਨੂੰ ਮਿਲਿਆ ਸੀ ਕਦੋਂ ਨਹੀਂ ਕਦੋਂ ਵਿਆਹ ਹੋਇਆ ਕਦੋਂ ਤਲਾਕ ਹੋਇਆ ਸਾਰਾ ਤੁਹਾਡਾ ਚੱਠਾ ਖੋਲ ਦੇਣਗੇ ਪਿਛਲੀਆਂ ਸੱਤ ਪੀੜੀਆਂ ਦਾ بڑا ਔਖਾ ਕੰਮ ਆ ਇਹਦੇ ਨਾਲ ਹੀ ਪੰਜਾਬ ਕਿਉਂਕਿ ਪੰਜਾਬ ਦੀ ਪੋਲਿਟਿਕਸ ਜੇ ਪ੍ਰਭਾਵਿਤ ਹੁੰਦੀ ਆ ਤਾਂ ਸਮਾਜ ਪ੍ਰਭਾਵਿਤ ਹੁੰਦਾ ਅਰਥਚਾਰਾ ਪ੍ਰਭਾਵਿਤ ਹੁੰਦਾ ਸਾਰੇ ਕੰਮ ਧੰਦੇ ਰੁਕ ਜਾਂਦੇ ਆ ਖਾਸ ਕਰਕੇ ਜੇ ਸਰਕਾਰ ਉਹ ਠਹਿਰ ਜਿਹੜੀ ਸੱਤਾਧਾਰੀ ਠਹਿਰਾ ਤੇ ਆਪਾਂ ਕੱਲ ਪਟਾਕਿਆਂ ਦੀ ਗੱਲ ਕੀਤੀ ਸੀਗੀ ਕੈਪਟਨ ਗਏ ਨੇ ਉਹਨਾਂ ਨੇ ਸਿੱਧੂ ਨੂੰ ਕਹਿੰਦਾ ਇਹ ਆ ਪੁਹਾੜੇ ਦੀ ਜੜ ਨਵਜੋਤ ਸਿੱਧੂ 2019 ਤੋਂ ਲੈ ਕੇ ਕੋਈ ਨਾ ਕੋਈ ਕਤਿੱਤ ਕੋਈ ਨਾ ਕੋਈ ਕਤਿੱਤ ਕੋਈ ਨਾ ਕੋਈ ਕਤਿੱਤ ਵੈਸੇ ਹੁਣ ਸੁਣਨ ਨੂੰ ਇਹ ਆਇਆ ਖਬਰਾਂ ਇਹ ਕਹਿੰਦੀਆਂ ਨੇ ਕਿ ਸਿੱਧੂ ਹੁਣੀ ਕੋਈ ਅਹੁਦਾ ਨਹੀਂ ਲੈਣਾ ਚਾਹੁੰਦੇ ਫਿਰ ਕੀ ਚਾਹੁੰਦੇ ਨੇ ਬਾਰ ਬਾਰ ਉਹ ਕੈਪਟਨ ਪਾਰਟੀ ਦਾ ਨੁਕਸਾਨ ਨਹੀਂ ਹੈ ਗੱਲਾ ਇਹ ਇਕ ਕਾਂਗਰਸ ਦਾ ਨੁਕਸਾਨ ਨਹੀਂ ਆਇਆ ਇਹ ਪੰਜਾਬ ਦਾ ਨੁਕਸਾਨ ਹੋ ਰਿਹਾ ਯਾਰ ਦੋ ਚਾਰ ਤਾਂ ਮਹੀਨੇ ਰਹਿ ਗਏ ਜਿਹੜਾ ਇਹਨਾਂ ਨੇ ਮਾੜਾ ਮੋਟਾ ਕੋਈ ਵਿਕਾਸ ਦਾ ਕੰਮ ਕਰਵਾ ਸਕਦੇ ਆ ਕਿਤੇ ਨਾ ਕਿਤੇ ਫੰਡ ਦੇ ਸਕਦੇ ਕਿਸੇ ਐਮਐਲ ਨੂੰ ਉਹ ਤੁਰੇ ਹੋਏ ਆ ਦਿੱਲੀ ਨੂੰ ਕੋਈ ਦੱਖਣ ਨੂੰ ਕੋਈ ਸਿਸਮਾ ਡੈਮ ਨੂੰ ਕੋਈ ਕਿੱਧਰ ਨੂੰ ਕੋਈ ਫਾਰਮ ਹਾਊਸ ਨੂੰ ਕੋਈ ਕਹਿੰਦਾ ਮੈਨੂੰ ਪੁਲਿਸ ਨਹੀਂ ਮੈਨੂੰ ਸੁਣਦੀ ਕੋਈ ਕਹਿੰਦਾ ਮੇਰੇ ਅਧਿਕਾਰ ਹੀ ਨਹੀਂ ਸੁਣਦੇ ਕੋਈ ਕੋਈ ਕਹਿੰਦਾ ਜੀ ਇਹ 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 ਜੇ ਅਧਿਕਾਰੀ ਜਾਣਗੇ ਪ੍ਰਿੰਸੀਪਲ ਚੀਫ ਸੈਕਟਰੀ ਹੋਣੀ ਹੋਣਗੇ ਤਾਂ ਅਸੀਂ ਮੀਟਿੰਗ ਨਹੀਂ ਅਟੈਂਡ ਕਰਾਂਗੇ हद ਹੋਈ ਪਈ ਆ ਹੱਦ ਹੱਦ ਹੋਈ ਪਈ ਆ ਯਾਰ ਤੁਸੀਂ 4.5 ਸਾਲ ਲੋਕਾਂ ਦੀ ਸਾਰ ਨਹੀਂ ਲਈ ਲੋਕਾਂ ਦਾ ਕੋਈ ਕੰਮ ਨਹੀਂ ਕੀਤਾ ਹੋਣੀ ਕੋਈ ਹਰੀਸ਼ ਰਾਬਤ ਹੋਰੀ ਯਾਰ ਤੁਸੀਂ ਬਦਲ ਕਰਨੇ ਕਰੋ ਨਹੀਂ ਕਰਨੇ ਨਾ ਕਰੋ ਹਰੀਸ਼ ਰਾਬਤ ਹੋਰੀ ਕਹਿੰਦਾ 10-15 ਦਿਨਾਂ ਤੱਕ ਦੇਖੋ ਵੱਡਾ ਫੇਰ ਬਦਲ ਹੋ ਜਾਣਾ ਜੀ ਕਾਂਗਰਸ ਪੰਜਾਬ ਕਾਂਗਰਸ ਦੈਨ ਵੱਟ ਫੇਰ ਕੀ ਹੋਏਗਾ ਯਾਰ ਲੋਕਾਂ ਦਾ ਵੀ ਕੋਈ ਕੰਮ ਕਰੋ ਕੋਈ ਕਰਾਓ ਕੱਲ ਨੂੰ ਵੋਟਾਂ ਮੰਗਣ ਜਾਣਾ ਤੁਸੀਂ ਅਰਵਨੀਤ ਬਿੱਟੂ ਕਹਿੰਦਾ ਸੀਗਾ ਕੀ ਮੂੰਹ ਲੈ ਕੇ ਜਾਵਾਂਗੇ ਹੁਣ ਕੀ ਮੂੰਹ ਲੈ ਕੇ ਜਾਓਗੇ ਮਾਫੀ ਮੰਗ ਗਿਆ ਐਸੀ ਕਮਿਸ਼ਨ ਕੋਲ ਹਰ ਗੱਲ ਲਈ ਮਾਫੀ ਮੰਗਦਾ ਕਿਉਂਕਿ ਉਹਨੇ ਕਿਹਾ ਸੀਗਾ ਇਹ ਪਵਿੱਤਰ ਸੀਟਾਂ ਦਲਤਾਂ ਨੂੰ ਕਿਉਂ ਉਹ ਦੇ ਦਿੱਤੀਆਂ ਅਨੰਦਪੁਰ ਸਾਹਿਬ ਬਾਈ ਆਲ ਮੀਨਸ ਮਾਫੀ ਪਾਰਟੀ ਜੋ ਮਰਜੀ ਸਿੱਧੂ ਮੈਂ ਬਾਰ ਬਾਰ ਕਹਿੰਦਾ ਯਾਰ ਸਿੱਧੂ ਕਿੱਡਾ ਪੰਜਾਬ ਦੇ ਭਲੇ ਲਈ ਬੋਲਦਾ ਉਹ ਨਹੀਂ ਉਹ ਦੋ ਇਗੋ ਨੇ ਇਹ ਕੈਪਟਨ ਹੋਰਾਂ ਦੀ ਵੀ ਇਗੋ ਚੜੀ ਆ ਉਹਦੀ ਵੀ ਇਗੋ ਚੜੀ ਆ ਠੀਕ ਹੈ ਔਰ ਉਹਦੇ ਚ ਪੰਜਾਬੀ ਪਿਸ ਦੇ ਪੀਸੀ ਜਾਣ ਇਹਨਾਂ ਨੇ ਕੀ ਲੈਣਾ ਤੁਸੀਂ ਜ਼ਰੂਰ ਲੈਣਾ ਤੁਹਾਡੇ ਸਰਕਾਰ ਨੇ ਤੁਸੀਂ ਕੰਸਰਨ ਰੱਖਿਆ ਕਰੋ ਫਿਰ ਮੈਂ ਸ਼ਬਦ ਵਰਤਦਾ ਹੁਣਾਂ ਸਹਿਮਤੀ ਆ ਸਹਿਮਤੀ ਜ਼ਰੂਰ ਦੱਸਿਆ ਕਰੋ ਤਾਕੇ ਅਸੀਂ ਆਪਣੇ ਆਪ ਨੂੰ ਝਗਾਲ ਸਕੀਏ ਆਪਣੇ ਆਪ ਨੂੰ ਨਖਾਰ ਸਕੀਏ ਤੁਹਾਡੇ ਕੋਲ ਹੋਰ ਟਰੂਥ ਲੈ ਕੇ ਆ ਸਕੀਏ ਸਾਡਾ ਟਰੂਥ ਵੀ ਟਰੂਥ ਨਹੀਂ ਹੈ ਸਾਡਾ ਟਰੂਥ ਵੀ ਪੋਲੀਟੀਕਲ ਹੈ ਅਸੀਂ ਵੀ ਪੋਲੀਟੀਕਲ ਲੋਕ ਆ ਹਾਂ ਅਸੀਂ ਆਪਣੀ ਪੋਲੀਟਿਕਸ ਜਿਹੜੀ ਆ ਲੋਕਾਂ ਦੇ ਭਲੇ ਲਈ ਵਰਤਣੀ ਚਾਹੁੰਦੇ ਆ ਥੈਂਕ ਯੂ ਵੈਰੀ ਮਚ